ਦੈਨਿਕ ਸਵੇਰਾ ਦੇਖ ਰਹੇ ਹੋ, ਮੈਂ ਹਾਂ ਤੁਹਾਡੇ ਨਾਲ ਅਭਿਸ਼ੇਕ ਭਾਰਦਵਾਜ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜਿਹੜੇ ਟ੍ਰੈਫਿਕ ਪੁਲਿਸ ਵੱਲੋਂ ਜਿਹੜੇ ਰੂਲ ਹੈ ਸਖਤ ਕਰ ਦਿੱਤੇ ਗਏ ਨੇ, ਤਾਂ ਕੱਲ੍ਹ ਪਹਿਲੀ ਅਗਸਤ ਤੋਂ ਜਿਹੜੇ ਨਵੇਂ ਰੂਲ ਜਿਹੜੇ ਆ ਨਾਬਾਲਿਗ ਬੱਚਿਆਂ ਨੂੰ ਲੈ ਕੇ ਸਾਹਮਣੇ ਆ ਰਹੇ ਨੇ। 25,000 ਰੁਪਏ ਜੁਰਮਾਨਾ, ਅਤੇ ਜੇਕਰ ਉਹਨਾਂ ਕੋਲ ਲਾਇਸੈਂਸ ਨਹੀਂ ਹੋਏਗਾ ਤਾਂ ਉਹਨਾਂ ਦੇ ਜਿਹੜੇ ਮਾਪਿਆਂ ਉਹਨਾਂ ਨੂੰ 3 ਸਾਲ ਦੀ ਜਿਹੜੀ ਸਜ਼ਾ ਵੀ ਹੋਏਗੀ। ਅੱਜ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਪਠਾਨਕੋਟ ਦੇ ਮਲਕਪੁਰ ਚੌਂਕ ਦੇ ਵਿੱਚ ਟ੍ਰੈਫਿਕ ਪੁਲਿਸ ਪਠਾਨਕੋਟ ਵੱਲੋਂ ਬ੍ਰਹਮਦਤ ਸ਼ਰਮਾ ਇੰਚਾਰਜ ਟ੍ਰੈਫਿਕ ਪੁਲਿਸ ਦੇ ਵੱਲੋਂ ਜਿਹੜੇ ਆ ਕਿ ਨਾਕਾਬੰਦੀ ਕਰਕੇ ਹਰ ਇੱਕ ਵਾਹਨ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੇ ਦਸਤਾਵੇਜ਼ ਜਿਹੜੇ ਚੈੱਕ ਕੀਤੇ ਜਾ ਰਹੇ ਨੇ, ਸਾਰੀ ਗੱਲਬਾਤ ਕਰਾਂਗੇ ਕਿਹੜੇ ਕਿਹੜੇ ਰੂਲ ਦੇ ਤਹਿਤ ਉਹ ਚੈੱਕ ਕਰ ਰਹੇ ਨੇ। ਸਰ ਦੈਨਿਕ ਸਵੇਰਾ ਦੇ ਸਵਾਗਤ ਹੈ ਜੀ ਤੁਹਾਡਾ। AK-40 ਹਾਂਜੀ, ਨਮਸਕਾਰ ਜੀ। ਨਵੇਂ ਰੂਲ ਕੱਲ੍ਹ ਲਾਗੂ ਹੋ ਰਹੇ ਨੇ, ਕੀ ਰੂਲ ਨੇ ਉਹ ਸਾਰੇ, ਅਤੇ ਅੱਜ ਕਿਵੇਂ ਦੀ ਜਿਹੜੀ ਚੈਕਿੰਗ ਚੱਲ ਰਹੀ ਹੈ? ਦੇਖੋ ਜੀ, ਮਾਨਯੋਗ SSP ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜਾ ਵੀ ਨਵਾਂ ਰੂ ਕੋਈ ਆਰਡਰ ਜਾਂ ਬਲਾਤਾਰ ਅਫਸਰਾਂ ਵੱਲੋਂ ਸਾਨੂੰ ਆਏਗਾ ਉਹਦੀ ਇਹਨਾਂ ਬਿਨ ਪਾਲਣਾ ਕੀਤੀ ਜਾਏਗੀ। ਫਿਲਹਾਲ ਕੱਲ੍ਹ ਤੋਂ ਆਪਾਂ ਜਿਹੜੇ ਨਾਬਾਲਗ ਬੱਚੇ ਮੋਟਰਸਾਈਕਲ ਜਾਂ ਕਾਰ ਚਲਾ ਰਹੇ ਨੇ ਉਹਨਾਂ ਦੇ ਖਿਲਾਫ਼ ਸਖ਼ਤ ਐਕਸ਼ਨ ਲੈਣ ਜਾ ਰਹੇ ਹਾਂ ਆਪਾਂ, ਅਤੇ ਉਹਨਾਂ ਜਿਹੜਾ ਜੁਰਮਾਨਾ ਹੈ ਉਹ 3 ਸਾਲ ਦੀ ਕੈਦ ਆ ਉਹਦੇ ਪੇਰੈਂਟਸ ਨੂੰ ਬੱਚੇ ਦੇ ਨੂੰ, ਅਤੇ 25,000 ਰੁਪਇਆ ਫੈਨ ਆ ਜੀ ਉਹਦਾ। ਇਸ ਤੋਂ ਇਲਾਵਾ ਤੁਹਾਡੇ ਵੱਲੋਂ ਪਹਿਲੇ ਵੀ ਜਿਹੜੇ ਲੋਕਾਂ ਨੂੰ ਅਵੇਅਰਨੈਸ ਵੀ ਦਿੱਤੀ ਗਈ ਹੈ, ਕਿ ਲੋਕ ਅਵੇਅਰ ਹੋਏ ਆ, ਤੁਹਾਨੂੰ ਕੀ ਲੱਗਦਾ? ਕਾਫ਼ੀ 70-80% ਲੋਕ ਜਿਹੜੇ ਨੇ ਅਵੇਅਰ ਹੋ ਗਏ ਇਸ ਚੀਜ਼ ਤੋਂ, ਅਤੇ ਜਿਹੜੇ ਥੋੜ੍ਹੇ ਬਹੁਤੇ ਹੈ ਨਾ, ਆਪਾਂ ਕੋਸ਼ਿਸ਼ ਕਰ ਰਹੇ ਹਾਂ ਵੀ ਮਤਲਬ ਨਾ ਹੀ ਕਰਨ ਦੀ ਜ਼ਰੂਰਤ ਪਵੇ, ਪਰ ਫਿਰ ਵੀ ਤੁਹਾਡੇ ਸਾਹਮਣੇ ਦੇਖੋ ਲੇਡੀਜ਼ ਜਿਹੜੇ ਬੱਚੇ ਜਾਂ ਆ ਰਹੇ ਨੇ ਉਹਨਾਂ ਨੂੰ ਆਪਾਂ ਚਲਾਣ ਵੀ ਕਰ ਰਹੇ ਹਾਂ, ਹੈਲਮਟ ਦੇ ਚਲਾਣ ਕਰ ਰਹੇ ਹਾਂ, ਜਾਂ ਜਿਹੜਾ ਹੋਰ ਵੀ ਕੋਈ ਗਲਤੀ ਕਰ ਰਿਹਾ ਟ੍ਰੈਫਿਕ ਰੂਲ ਤੋੜ ਰਿਹਾ ਉਹਦੇ ਆਪਾਂ ਚਲਾਣ ਕਰ ਰਹੇ ਹਾਂ। ਜੇਕਰ ਰੂਲਸ ਦੀ ਗੱਲ ਕੀਤੀ ਜਾਵੇ ਤਾਂ ਰੂਲਸ ਕਾਫੀ ਤਰੀਕੇ ਦੇ ਹੁੰਦੇ ਨੇ, ਲੇਕਿਨ ਟ੍ਰੈਫਿਕ ਰੂਲਸ ਦੇ ਵਿੱਚ ਦੇਖਿਆ ਜਾਂਦਾ ਤਾਂ ਕਈ ਲੋਕ ਜਿਹੜੇ ਤੁਸੀਂ ਨਾਕੇ 'ਤੇ ਫੜਦੇ ਹੋ ਉਹਨਾਂ ਵੱਲੋਂ ਤੁਹਾਨੂੰ ਫੋਨ ਵੀ ਕਰਵਾਏ ਜਾਂਦੇ ਨੇ, ਅਤੇ ਉਹਨਾਂ ਦੇ ਲਈ ਕੀ ਰੂਲ ਜਿਹੜੇ ਆ ਇੱਕੋ ਜਿਹੇ ਰਹਿਣਗੇ ਕਿ ਉਹ VIP ਤਰੀਕੇ ਦੇ ਨਾਲ ਜਿਹੜੇ ਕਿ ਚੱਲ ਜਾਂਦੇ ਨੇ ਕਈ ਨਾਕਾ ਛੜਾ ਕੇ? ਬਿਲਕੁਲ ਨਹੀਂ ਜੀ, ਬਿਲਕੁਲ ਨਹੀਂ ਜੀ। ਇੱਥੇ ਜਿੰਨੇ ਬੰਦੇ ਖੜੇ ਨੇ ਸਾਰੇ ਤੁਹਾਡੇ ਸਾਹਮਣੇ ਦੇਖੋ ਇੱਧਰ ਕਿੰਨੇ ਬੰਦਿਆਂ ਦੇ ਚਲਾਨ ਹੋ ਰਹੇ ਆ, ਕੋਈ ਫੋਨ ਵਾਲੀ ਕੋਈ ਗੱਲ ਹੀ ਨਹੀਂ ਹੈਗੀ। ਜਿਹੜਾ ਟ੍ਰੈਫਿਕ ਰੂਲ ਤੋੜੇਗਾ ਉਹਦਾ ਉਹਦੇ ਖਿਲਾਫ਼ ਕਾਰਵਾਈ ਆਪਾਂ ਕਰਨੀ ਕਰਨੀ ਹੈ। ਸਖ਼ਤ ਹਦਾਇਤਾਂ ਕੀ ਜਿਹੜੀ ਤੁਸੀਂ ਲੋਕਾਂ ਨੂੰ ਜਾਰੀ ਕਰ ਰਹੇ ਹੋ ਆਪਣੇ ਪਾਸੋਂ? ਸਖ਼ਤ ਹਦਾਇਤ ਇਹੋ ਹੀ ਹੈ ਜੀ, ਆਪਣੇ ਨਾਬਾਲਗ ਬੱਚਿਆਂ ਨੂੰ 2-ਵੀਲਰ ਜਾਂ 4-ਵੀਲਰ ਚਲਾਉਣ ਵਾਸਤੇ ਨਾ ਦਿਓ। ਬਰਾਏ ਮਿਹਰਬਾਨੀ ਆਪਾਂ ਰਿਕੁਐਸਟ ਕਰ ਰਹੇ ਹਾਂ ਹਰ ਇੱਕ ਬੰਦੇ ਨੂੰ ਵੀ 2-ਵੀਲਰ 4-ਵੀਲਰ ਨਾਬਾਲਗ ਬੱਚਿਆਂ ਨੂੰ ਨਾ ਚਲਾਉਣ ਲਈ ਦਿਓ, ਤਾਂ ਕਿ ਜੋ ਦੇਸ਼ ਵਿੱਚ ਜਿਹੜੇ ਐਕਸੀਡੈਂਟ ਹੋ ਰਹੇ ਨੇ ਉਹਨਾਂ ਤੋਂ ਬਚਿਆ ਜਾ ਸਕੇ ਜੀ। ਧੰਨਵਾਦ। ਤਾਂ ਬਿਲਕੁਲ ਟ੍ਰੈਫਿਕ ਪੁਲਿਸ ਵੱਲੋਂ ਜਿਹੜੀ ਹੈ ਨਾਕਾਬੰਦੀ ਕਰਕੇ ਪੂਰੀ ਤਰੀਕੇ ਦੇ ਨਾਲ ਜਿਹੜੀ ਇੱਥੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਦਸਤਾਵੇਜ਼ ਦੀ, ਕਿਉਂਕਿ ਜਿਹੜਾ ਕੱਲ੍ਹ ਤੋਂ ਜਿਹੜਾ ਟ੍ਰੈਫਿਕ ਰੂਲ ਜਿਹੜਾ ਨਵਾਂ ਜਿਹੜਾ ਲਾਗੂ ਹੋਣ ਜਾ ਰਿਹਾ ਨਾਬਾਲਿਗ ਬੱਚਿਆਂ ਨੂੰ ਲੈ ਕੇ, ਅਤੇ ਪੁਲਿਸ ਲੇਡੀਜ਼ ਪੁਲਿਸ ਮੁਲਾਜ਼ਮ ਵੀ ਮੌਜੂਦ ਨੇ, ਉਹਨਾਂ ਨਾਲ ਵੀ ਸਾਰੀ ਗੱਲਬਾਤ ਕਰਾਂਗੇ, ਕਿਉਂਕਿ ਉਹਨਾਂ ਵੱਲੋਂ ਜਿਹੜੀ ਹੈ ਬਰੀਕੀ ਦੇ ਨਾਲ ਇੱਥੇ ਚੈਕਿੰਗ ਕੀਤੀ ਜਾ ਰਹੀ ਹੈ। ਮੈਮ ਚੈਕਿੰਗ ਕਰ ਰਹੇ ਤੁਸੀਂ, ਕੀ ਰੂਲਸ ਨੇ ਨਵੇਂ ਜਿਹੜੇ ਆਏ ਨੇ ਜਿਸ ਤਰ੍ਹਾਂ ਤੁਸੀਂ ਚੈਕਿੰਗ ਕਰ ਰਹੇ ਹੋ? ਸਰ ਇਹਨਾਂ ਦੇ ਆਪਾਂ ਲੇਡੀਜ਼ ਦੀ ਚੈਕਿੰਗ ਕਰ ਰਹੇ ਹਾਂ, ਮੇਨ ਗੱਲ ਹੈ ਹੈਲਮੇਟ ਨਹੀਂ ਪਾਏ ਹੋਏ ਰੋਡ 'ਤੇ, ਆਪਣੀ ਆਪਣੀ ਸੇਫਟੀ ਆ, ਹੈਲਮੇਟ ਪਾਉਣੇ ਚਾਹੀਦੇ ਆਪਾਂ ਨੂੰ। ਆਪਾਂ ਇਹਨਾਂ ਨੂੰ ਸਮਝਾ ਵਾਰਨਿੰਗ ਦੇ ਕੇ ਛੱਡ ਰਹੇ ਹਾਂ, ਅਤੇ ਡਾਕੂਮੈਂਟ ਇਹਨਾਂ ਦੇ ਕਲੀਅਰ ਹੋਣੇ ਚਾਹੀਦੇ ਆ, RC ਲਾਇਸੈਂਸ। ਕੱਲ੍ਹ ਤੋਂ ਜਿਹੜੇ ਨਵੇਂ ਰੂਲ ਨਾਬਾਲਿਗ ਬੱਚਿਆਂ ਲਈ ਲਾਗੂ ਹੋ ਰਹੇ ਨੇ, ਉਹ ਕਿਵੇਂ ਤੁਸੀਂ ਲੋਕਾਂ ਨੂੰ ਉਸ ਬਾਰੇ ਜਾਗਰੂਕ ਕਰ ਰਹੇ ਹੋ? ਹਾਂਜੀ ਸਰ, ਸਾਡੇ ਸੀਨੀਅਰ ਆਫਿਸਰਾਂ ਨੇ ਸੈਮੀਨਾਰ ਲਗਾਏ ਸਕੂਲਾਂ 'ਚ, ਜਾ ਕੇ ਆਪਾਂ ਬੱਚਿਆਂ ਨੂੰ ਗਾਈਡੈਂਸ ਕਰ ਰਹੇ ਹਾਂ, ਅਤੇ ਸੜਕ 'ਤੇ ਵੀ ਆਪਾਂ ਸਕੂਲ ਦੀਆਂ ਬੱਸਾਂ ਆਉਂਦੀਆਂ ਉਹਨਾਂ ਨੂੰ ਰੋਕ ਰੋਕ ਕੇ ਦੱਸ ਰਹੇ ਹਾਂ। ਜਿਹੜੇ ਕੋਈ ਬੱਚੇ ਮੋਟਰਸਾਈਕਲ ਸਕੂਟਰੀ ਵਗੈਰਾ ਚਲਾ ਰਹੇ ਆ 18 ਸਾਲ ਤੋਂ ਘੱਟ ਆ, ਉਹਨਾਂ ਨੂੰ ਆਪਾਂ ਰੋਕ ਕੇ ਸਮਝਾ ਰਹੇ ਹਾਂ। ਹਾਂਜੀ, ਤਾਂ ਬਿਲਕੁਲ ਲੋਕਾਂ ਨੂੰ ਜਾਗਰੂਕ ਵੀ ਲਗਾਤਾਰ ਕੀਤਾ ਜਾ ਰਿਹਾ, ਕਿਉਂਕਿ ਜਿਹੜੇ ਕਿ 1 ਅਗਸਤ ਤੋਂ ਜਿਹੜੇ ਰੂਲ ਜਿਹੜੇ ਨਵੇਂ ਲਾਗੂ ਹੋਣੇ ਨੇ, ਤੁਸੀਂ ਪਲ ਪਲ ਦੀ ਦੈਨਿਕ ਸਵੇਰਾ 'ਤੇ ਖਬਰ ਦੇਖਦੇ ਰਹੋ। ਟ੍ਰੈਫਿਕ ਪੁਲਿਸ, ਅਸੀਂ ਵੀ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਜਿਹੜੇ ਟ੍ਰੈਫਿਕ ਨਿਯਮ ਹੈ ਉਹਨਾਂ ਦੀ ਪਾਲਣਾ ਕਰੋ, ਤਾਂ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਖੇਚਲ ਨਾ ਝੇਲਣੀ ਪਵੇ। ਦੇਖਦੇ ਰਹੋ ਦੈਨਿਕ ਸਵੇਰਾ TV, ਮੈਨੂੰ ਦੋ ਇਜਾਜ਼ਤ। ਠੀਕ ਹੈ ਜੀ, ਫੋਲੋ ਕਰੇ ਦੈਨਿਕ ਸਵੇਰਾ TV ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, X ਔਰ ਵਟਸਐਪ ਚੈਨਲ ਪਰ।